बार फिर तो थोड़ा स्वागत करते हैं प्रोग्राम के इस रिलीजियस सैगमेंट के विच। हर एक दे जीवन दे विच एक रेस लगी हुई है जिदे विच असी वध तो वध प्राप्त करना चाहते हाँ ते एक दूजे तो अगे लंघ जाना चाहते हाँ। अज असी गलबात करांगे लोभ ते संतोख उपर ते इसे विषय के उपर चर्चा करने लई साडे नाल स्टूडियो दे विच शामिल ने भाई सुखदेव सिंह जी। वाहिगुरू जी का खालसा वाहिगुरू जी की फतेह। भाई साहब जी असी गल कीती अज असी लोभ ते संतोख दी, रेस लगी हुई है, असी बहुत भज दौड़ करते हाँ, जीवन दे विच बहुत ही ज़्यादा मुश्किल आंदियां ने इस वजह नाल, पर तुसी दसो कि ये किन्ना क जरूरी हैगा। दरअसल जिहड़ी गल आपां करदे हां लोभ दी, लोभ साडे अंदर दे विच बिरतियां ने जिहड़ियां वध तों वध मटीरियल इकट्ठा करनियां चाहुंदियां। ਜਿਹੜੀ ਤੁਸੀਂ ਗੱਲ ਕਹੀ ਰੇਸ ਲੱਗੀ ਹੋਈ ਹੈ, ਦੌੜ ਲੱਗੀ ਹੋਈ ਹੈ ਸਾਡੀ ਸਾਰਿਆਂ ਦੀ, ਅਸੀਂ ਸਾਰੇ ਵੱਧ ਤੋਂ ਵੱਧ ਪਦਾਰਥ ਇਕੱਠਾ ਕਰਨਾ ਚਾਹੁੰਦੇ ਹਾਂ ਜੀ, ਕਿਉਂਕਿ ਸਾਡੇ ਮਨ ਵਿੱਚ ਇੱਕ ਭਰਮ ਬਣ ਗਿਆ ਕਿ ਜਿੰਨੇ ਸਾਡੇ ਕੋਲ ਜ਼ਿਆਦਾ ਪਦਾਰਥ ਹੋਵੇਗੇ, ਜਿੰਨਾ ਜ਼ਿਆਦਾ ਮਟੀਰੀਅਲ ਹੋਵੇਗਾ, ਉਨਾ ਸਾਡੇ ਕੋਲ ਸੁੱਖ ਵੱਧ ਹੋਏਗਾ ਜੀ। ਅਤੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਜਿਹੜਾ ਦੁਨੀਆ ਦਾ ਪਦਾਰਥ ਜਿਹੜਾ ਇਕੱਠਾ ਕਰਨਾ ਚਾਹੁੰਦੇ ਹਾਂ। ਜਿੰਨਾ ਅਸੀਂ ਇਕੱਠਾ ਕਰਦੇ ਹਾਂ ਸਾਡੇ ਮਨ ਨੂੰ ਲੱਗਦਾ ਥੋੜ੍ਹਾ ਜੀ, ਹੋਰ ਉਹਦੇ ਨਾਲੋਂ ਦੁੱਗਣਾ ਕਰ ਲੈਂਦੇ, ਮਨ ਉੱਥੇ ਜਾ ਕੇ ਵੀ ਕਹਿੰਦਾ ਇਹ ਵੀ ਥੋੜ੍ਹਾ। ਬਿਲਕੁਲ, ਯਾਨੀ ਮਨ ਦੇ ਵਿੱਚ ਇੰਨਾ ਜ਼ਿਆਦਾ ਲੋਭ ਵੱਸ ਗਿਆ ਕਿ ਪਦਾਰਥਾਂ ਦੇ ਨਾਲ ਇਹ ਜਿਹੜਾ ਮਨ ਰੱਜਦਾ ਨਹੀਂ। ਬਿਲਕੁਲ। ਦੂਜਾ ਨਾਲ ਦੀ ਨਾਲ ਇਹ ਵੀ ਗੱਲ ਹੈਗੀ ਆ ਕਿ ਅਸੀਂ ਮਟੀਰੀਅਲ ਇਕੱਠਾ ਕਰਨਾ ਚਾਹੁੰਦੇ ਹਾਂ ਕਿ ਮੇਰੇ ਨਾਲੋਂ ਮੇਰੇ ਪੜੋਸੀ ਗੁਆਂਢੀ ਦੇ ਕੋਲ ਕੁਝ ਜ਼ਿਆਦਾ ਨਹੀਂ ਹੋਣਾ ਚਾਹੀਦਾ। ਬਿਲਕੁਲ। ਇੱਕ ਦੂਜੇ ਨੂੰ ਦਿਖਾਉਣ ਦੇ ਲਈ, ਇੱਕ ਦੂਜੇ ਦੇ ਅੱਗੇ ਦਿਖਾਵਾ ਕਰਨ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਭਾਵੇਂ ਸਾਡੇ ਕੋਲ ਹੁੰਦਾ ਥੋੜ੍ਹਾ ਹੈ ਪਰ ਅਸੀਂ ਦਿਖਾਉਂਦੇ ਸੰਸਾਰ ਦੇ ਲੋਕਾਂ ਨੂੰ ਜ਼ਿਆਦਾ ਕਿ ਲੋਕ ਇਹ ਨਾ ਕਹਿਣ ਕਿ ਇਹਦੇ ਕੋਲ ਕੁਝ ਨਹੀਂ ਹੈ ਥੋੜ੍ਹਾ ਜੀ ਜੀ। ਤਾਂ ਜਿਹੜਾ ਪਦਾਰਥ ਦਾ ਸੰਬੰਧ ਹੈ ਉਹ ਸਾਡਾ ਸੰਬੰਧ ਹੈ ਸਾਡੇ ਸਰੀਰ ਦੇ ਨਾਲ। ਸਰੀਰ ਨੂੰ ਭੋਜਨ ਦੀ ਲੋੜ ਹੈ, ਸਰੀਰ ਨੂੰ ਕੱਪੜੇ ਦੀ ਲੋੜ ਹੈ ਜੀ, ਪਰ ਇਹ ਲੋੜਾਂ ਜਿਹੜੀਆਂ ਸਰੀਰ ਨੂੰ ਭੋਜਨ ਦੀਆਂ ਕੱਪੜੇ ਦੀਆਂ ਇਹ ਸੀਮਿਤ ਨੇ। ਭੋਜਨ ਅਸੀਂ ਇੱਕ ਟਾਈਮ 'ਤੇ ਕਿੰਨਾ ਖਾ ਸਕਦੇ ਹਾਂ, ਠੀਕ ਹੈ, ਪਰ ਜਦੋਂ ਭੋਜਨ ਅਸੀਂ ਇੱਕ ਟਾਈਮ ਦੇ ਉੱਤੇ ਖਾ ਕੇ ਸਰੀਰ ਸਾਡਾ ਜਿਹੜਾ ਹੈ ਉਹ ਤ੍ਰਿਪਤ ਹੋ ਜਾਂਦਾ, ਸਾਡਾ ਮਨ ਨਹੀਂ ਰੱਜਦਾ, ਜਿਹਨੂੰ ਆਪਾਂ ਕਹਿੰਦੇ ਸਾਡਾ ਮਨ ਤ੍ਰਿਪਤ ਨਹੀਂ ਹੋਇਆ, ਸਾਡਾ ਮਨ ਰਜਿਆ ਨਹੀਂ ਜੀ। ਉਹਦਾ ਕਾਰਨ ਇਹ ਹੈ ਕਿ ਜਿਹੜਾ ਤਨ ਦਾ ਭੋਜਨ ਹੈ ਉਹ ਮਨ ਨੇ ਆਪਣਾ ਬਣਾ ਲਿਆ। ਜਦੋਂ ਮਨ ਜਿਹੜਾ ਆ ਤਨ ਦੀਆਂ ਜਿਹੜੀਆਂ ਵਸਤਾਂ ਆ ਉਹਨਾਂ ਨੂੰ ਆਪਣੀਆਂ ਬਣਾ ਲਏ ਉਦੋਂ ਗੜਬੜ ਹੁੰਦੀ ਹੈ। ਬਿਲਕੁਲ ਸਹੀ ਆ। ਹੁਣ ਹੋਇਆ ਕੀ ਹੈ ਕਿ ਸਾਡੇ ਸਾਰਿਆਂ ਦੇ ਵਿੱਚ ਇੱਕੋ ਇੱਕ ਦੌੜ ਲੱਗੀ ਹੋਈ ਹੈ ਕਿ ਅਸੀਂ ਵੱਧ ਤੋਂ ਵੱਧ ਦੁਨੀਆ ਦਾ ਜਿਹੜਾ ਪਦਾਰਥ ਇਕੱਠਾ ਕਰ ਲਈਏ ਅਤੇ ਇਹਦੇ ਨਾਲ ਅਸੀਂ ਸਭ ਤੋਂ ਵੱਧ ਜਿਹੜੇ ਆ ਸੁੱਖ ਜਿਹੜੇ ਪ੍ਰਾਪਤ ਕਰ ਲਾਂਗੇ। ਲੋਭ ਮਨੁੱਖ ਦਾ ਇੰਨਾ ਜ਼ਿਆਦਾ ਵੱਧ ਗਿਆ ਕਿ ਪਦਾਰਥਾਂ ਦੇ ਨਾਲ ਰੱਜਦਾ ਹੀ ਨਹੀਂ। ਔਰ ਸਦੀਆਂ ਪਹਿਲਾਂ ਗੁਰੂ ਸਾਹਿਬ ਜੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਦਰਅਸਲ ਮਨ ਜਿਹੜਾ ਆ ਇਹ ਪਦਾਰਥਾਂ ਨਾਲ ਰਜਾ ਨਹੀਂ ਸਕਦੇ ਆਪਾਂ, ਠੀਕ ਹੈ। ਉਹਨਾਂ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਗੁਰਬਾਣੀ ਦੇ ਵਿੱਚ, ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਉਂ ਪਾਵਕ ਈਧਨ ਨਹੀਂ ਤਰਾਪੈ, ਕਹਿੰਦੇ ਨੇ ਜਿਸ ਤਰ੍ਹਾਂ ਅੱਗ ਜਿਹੜੀ ਹੈ ਉਹਨੂੰ ਆਪਾਂ ਲੱਕੜਾਂ ਦੇ ਨਾਲ ਰਜਾ ਨਹੀਂ ਸਕਦੇ, ਠੀਕ ਹੈ, ਉਹਦੇ ਵਿੱਚ ਆਪਾਂ 10 ਮਣ ਪਾ ਦਈਏ, 20 ਮਣ ਪਾ ਦਈਏ, ਭਾਵੇਂ ਸਾਰੇ ਸੰਸਾਰ ਦੀ ਲੱਕੜ ਪਾ ਦਈਏ, ਅੱਗ ਭੁੱਖੀ ਦੀ ਭੁੱਖੀ ਰਹੇਗੀ, ਉਹ ਹਰ ਇੱਕ ਪਦਾਰਥ ਨੂੰ ਸੁਆਹ ਕਰਦੀ ਹੈ, ਠੀਕ ਹੈ। ਜਿਸ ਤਰ੍ਹਾਂ ਅੱਗ ਜਿਹੜੀ ਲੱਕੜਾਂ ਨਾਲ ਨਹੀਂ ਰੱਜ ਸਕਦੀ, ਇਸ ਤਰ੍ਹਾਂ ਜਿਹੜਾ ਮਨ ਹੈ ਉਸਨੂੰ ਆਪਾਂ ਪਦਾਰਥਾਂ ਦੇ ਨਾਲ ਕਦਾਚਿਤ ਰਜਾ ਨਹੀਂ ਸਕਦੇ, ਤੇ ਲੋਭ ਜਿਹੜਾ ਹਮੇਸ਼ਾ ਸਾਡੇ ਮਨ ਨੂੰ ਚੰਬੜਿਆ ਰਹਿੰਦਾ ਹੈ, ਠੀਕ ਹੈ। ਪਰ ਜੇ ਇਨਸਾਨ ਦੇ ਅੰਦਰ ਇਹ ਲੋਭੀ ਸੋਚ ਨਹੀਂ ਹੋਏਗੀ, ਜੇ ਅਸੀਂ ਕੰਪੀਟੀਸ਼ਨ ਨਹੀਂ ਕਰਾਂਗੇ ਇੱਕ ਦੂਜੇ ਨਾਲ, ਜਿਵੇਂ ਤੁਸੀਂ ਕਿਹਾ ਕਿ ਅਸੀਂ ਲੋਕਾਂ ਨੂੰ ਦੇਖ ਕੇ ਅੱਗੇ ਵਧਣਾ ਚਾਹੁੰਦੇ ਹਾਂ, ਅਤੇ ਜੇ ਅਸੀਂ ਇਹ ਕੰਪੀਟੀਸ਼ਨ ਨਹੀਂ ਕਰਾਂਗੇ ਤਾਂ ਜਿਹੜੀ ਆਪਣੀ ਪ੍ਰੋਗਰੈਸ ਹੈ ਹਰ ਇੱਕ ਇਨਸਾਨ ਦੀ ਕੀ ਉਹ ਰੁਕ ਨਹੀਂ ਜਾਏਗੀ? ਨਹੀਂ, ਪ੍ਰੋਗਰੈਸ ਤਰੱਕੀ ਤਾਂ ਜਿਹੜੀ ਆ ਸਮਾਜ ਦੇ ਵਿੱਚ, ਕੁਦਰਤ ਦੇ ਵਿੱਚ, ਨੇਚਰ ਦੇ ਵਿੱਚ ਹੋਣਾ ਤਾਂ ਨਿਯਮ ਹੈ, ਪਰ ਤਰੱਕੀ ਕਿਸੇ ਲਾਲਚ ਦੇ ਅਧੀਨ, ਲੋਭ ਦੇ ਅਧੀਨ ਕਰਨੀ, ਉਹ ਤਰੱਕੀ ਦੇ ਨਾਂ ਦੇ ਉੱਤੇ ਆਪਾਂ ਵਿਨਾਸ਼ ਪੈਦਾ ਕਰ ਰਹੇ ਹਾਂ, ਠੀਕ ਹੈ। ਹੁਣ ਆਪਾਂ ਕੁਦਰਤ ਦੇ ਵਿੱਚ, ਨੇਚਰ ਦੇ ਵਿੱਚ ਦੇਖਦੇ ਹਾਂ ਕਿ ਆਪਣੇ ਮਨ ਦੇ ਵਿੱਚ ਹੋੜ ਲੱਗੀ ਹੈ ਕਿ ਮੈਂ ਨਵੀਆਂ ਤੋਂ ਨਵੀਆਂ ਚੀਜ਼ਾਂ, ਨਵੇਂ ਤੋਂ ਨਵੇਂ ਯੰਤਰ ਪੈਦਾ ਕਰਾਂ। ਬਿਲਕੁਲ। ਚਾਹੇ ਉਹ ਮੋਬਾਈਲ ਫੋਨ ਪੈਦਾ ਹੋਏ ਨੇ, ਏਸੀ ਪੈਦਾ ਹੋਏ ਨੇ, ਜਾਂ ਹੋਰ ਚੀਜ਼ਾਂ ਪੈਦਾ ਕੀਤੀਆਂ ਸੀ ਸੁੱਖ ਦੀਆਂ, ਔਰ ਇਹਦੇ ਵਿੱਚ ਕੰਪਨੀਆਂ ਦੀ ਦੌੜ ਲੱਗੀ ਕਿ ਸਭ ਤੋਂ ਵੱਧ ਅਸੀਂ ਇਸ ਪ੍ਰੋਡਕਟ ਨੂੰ ਅਸੀਂ ਸਾਰੇ ਸੰਸਾਰ ਦੇ ਵਿੱਚ ਪਹੁੰਚਾਉਣਾ ਜੀ। ਪਰ ਜਿਹੜੀ ਚੀਜ਼ ਤਿਆਰ ਕੀਤੀ ਜਾਂਦੀ ਆ ਆਪਣੇ ਨਿੱਜੀ ਮੁਫਾਦਾਂ ਦੇ ਲਈ, ਉਹਦੇ ਨਾਲ ਕੁਦਰਤ ਦਾ ਵੀ ਤਾਂ ਨੁਕਸਾਨ ਹੋ ਰਿਹਾ ਨਾ, ਵਾਤਾਵਰਣ ਵੀ ਤਾਂ ਵਿਗੜ ਰਿਹਾ ਨਾ, ਵਾਤਾਵਰਣ ਵਿੱਚ ਚੇਂਜ ਆ ਰਹੀ ਹੈ, ਹਵਾ ਵਿੱਚ ਚੇਂਜ ਆ ਰਹੀ ਹੈ, ਪਾਣੀ ਵਿੱਚ ਚੇਂਜ ਆ ਰਹੀ ਹੈ, ਜਿਹੜਾ ਸਾਡਾ ਵਾਤਾਵਰਣ ਬਦਲ ਰਿਹਾ, ਠੀਕ ਹੈ, ਕਿ ਵਿਕਾਸ ਦੇ ਨਾਂ ਦੇ ਉੱਤੇ ਅਸੀਂ ਵਿਨਾਸ਼ ਨਹੀਂ ਕਰ ਰਹੇ।
ਜੀ ਹੋਣੀ ਚਾਹੀਦੀ ਤਰੱਕੀ, ਕੰਪੀਟੀਸ਼ਨ ਹੋਣਾ ਚਾਹੀਦਾ, ਪਰ ਕੰਪੀਟੀਸ਼ਨ ਪੋਜ਼ਿਟਿਵ ਹੋਣਾ ਚਾਹੀਦਾ, ਪੋਜ਼ਿਟਿਵ ਹੋਵੇ, ਠੀਕ ਹੈ। ਉਹਦੇ ਵਿੱਚ ਸੋਚ ਸਾਡੀ ਪੋਜ਼ਿਟਿਵ ਹੋਣੀ ਚਾਹੀਦੀ ਹੈ। ਮੈਂ ਤਰੱਕੀ ਵਿਕਾਸ ਇਸ ਕਰਕੇ ਕਰ ਰਿਹਾ ਕਿ ਇਹਦੇ ਨਾਲ ਸਮਾਜ ਦਾ ਭਲਾ ਹੋਵੇ, ਇਹਦੇ ਨਾਲ ਕੁਦਰਤ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਭੰਗ ਨਾ ਮੈਂ ਕਰਾਂ। ਠੀਕ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਕੰਪੀਟੀਸ਼ਨ ਕਰਦੇ ਹਾਂ, ਦੂਜੇ ਦਾ ਨੁਕਸਾਨ ਕਰਕੇ ਆਪਾਂ ਅੱਗੇ ਵਧਣਾ ਚਾਹੁੰਦੇ ਹਾਂ। ਮੈਂ ਕਹਿੰਦਾ ਕਿ ਮੇਰੇ ਨਾਲ ਦੌੜ ਰਿਹਾ, ਇਹਨੂੰ ਥੱਲੇ ਸੁੱਟਾਂ ਅਤੇ ਮੈਂ ਅੱਗੇ ਜਾਵਾਂ, ਅੱਗੇ ਲੰਘਾਂ। ਇਹ ਵਿਕਾਸ ਨਹੀਂ ਹੈ। ਦਰਅਸਲ ਵਿਕਾਸ ਜਿਹੜਾ ਇਹ ਹੈ ਕਿ ਸਾਡੇ ਅੰਦਰ ਵਿੱਚ ਜਿਹੜੀ ਸੋਚ ਹੈ ਹਮੇਸ਼ਾ ਜਿਹੜੀ ਹਾਂ ਵਾਚਕ ਚਾਹੀਦੀ ਹੈ, ਚੰਗੀ ਸੋਚ ਚਾਹੀਦੀ ਹੈ। ਤਾਂ ਪ੍ਰੋਗਰੈਸ ਇਹ ਹੈ ਕਿ ਜੇ ਕੋਈ ਬੰਦਾ ਗਰੀਬ ਬੈਠਾ ਹੋਇਆ ਤਾਂ ਉਸਨੂੰ ਬਾਂਹ ਪਕੜ ਕੇ ਮੈਂ ਆਪਣੇ ਨਾਲ ਖੜਾ ਕਰਾਂ। ਠੀਕ ਹੈ। ਜਿਹੜੀ ਸੋਚ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਗੁਰੂ ਸਾਹਿਬ ਨੇ ਤਰੱਕੀ ਨਹੀਂ ਸਿਚਾਈ, ਗੁਰੂ ਸਾਹਿਬਾਂ ਨੇ ਤਰੱਕੀ ਚਾਹੀ ਹੈ। ਪਰ ਸਾਡੀ ਤਰੱਕੀ ਤਾਂ ਆ ਜੇ ਸਾਡੇ ਲਾਗੇ ਗਰੀਬ ਬੈਠਾ ਹੋਇਆ ਵੀ ਨਾਲ ਭੋਜਨ ਖਾਏਗਾ। ਠੀਕ ਹੈ। ਗਰੀਬ ਨੂੰ ਮਾਰ ਕੇ ਅਸੀਂ ਉੱਚੇ ਮਹਿਲ ਪਾ ਲਈਏ ਤੇ ਉਹਦੀ ਕੱਖਾਂ ਦੀ ਕੁੱਲੀ ਵੀ ਢਾ ਦਈਏ ਤਾਂ ਇਹ ਵਿਕਾਸ ਨਹੀਂ। ਵਿਕਾਸ ਨਹੀਂ ਹੈ। ਵਿਕਾਸ ਜਿਹੜਾ ਹੈ ਉਹਦੇ ਲਈ ਆਪਾਂ ਨੂੰ ਬੜਾ ਜ਼ਰੂਰੀ ਹੈ ਕਿ ਥਿੰਕਿੰਗ ਸਾਡੀ ਪੋਜ਼ਿਟਿਵ ਹੋਣੀ ਚਾਹੀਦੀ ਆ। ਠੀਕ ਹੈ। ਔਰ ਉਹਦੇ ਨਾਲ ਇਹ ਹੋਣਾ ਚਾਹੀਦਾ ਕਿ ਜਿਹੜਾ ਮੈਂ ਕੰਮ ਕਰ ਰਿਹਾ ਇਹਦੇ ਨਾਲ ਜਿੱਥੇ ਮੈਨੂੰ ਸਰੀਰਕ ਅਤੇ ਮਾਨਸਿਕ ਲਾਭ ਹੋਵੇ ਉਹਦੇ ਨਾਲ ਦੂਜਿਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਵੀ ਬਰਾਬਰ ਲਾਭ ਮਿਲਣਾ ਚਾਹੀਦਾ। ਠੀਕ ਹੈ। ਸੋ ਜਿਹੜਾ ਕੰਪੀਟੀਸ਼ਨ ਹੈ ਉਹ ਹੈਲਦੀ ਹੋਵੇ, ਪੋਜ਼ਿਟਿਵ ਹੋਵੇ, ਕਿਸੇ ਦਾ ਨੁਕਸਾਨ ਨਾ ਹੋਵੇ, ਬਿਲਕੁਲ, ਅਤੇ ਆਪਣੀ ਤਰੱਕੀ ਵੀ ਨਾਲ ਦੀ ਨਾਲ ਹੋਵੇ। ਬਿਲਕੁਲ। ਅਤੇ ਗੁਰਬਾਣੀ ਦੇ ਹਿਸਾਬ ਨਾਲ ਜਿਹੜਾ ਲੋਭ ਹੈ ਉਹਦਾ ਕੀ ਭਾਵ ਹੈਗਾ? ਗੁਰਬਾਣੀ ਦੇ ਅਕੋਰਡਿੰਗ ਜਿਹੜਾ ਲੋਭ ਹੈ ਉਹ ਹੈ ਕਿ ਜਿਹੜਾ ਮਨ ਤ੍ਰਿਪਤ ਨਹੀਂ ਹੁੰਦਾ, ਜਿਹੜਾ ਮਨ ਸੰਤੁਸ਼ਟ ਨਹੀਂ ਹੁੰਦਾ, ਜਿਹਨੂੰ ਬਾਣੀ ਕਹਿੰਦੀ ਹੈ ਮਨ ਅਕਾਇਆ ਨਹੀਂ, ਮਨ ਰੱਜਿਆ ਨਹੀਂ, ਉਹ ਸਾਡੇ ਅੰਦਰ ਦੇ ਵਿੱਚ ਮਾਨਸਿਕ ਬਿਰਤੀਆਂ ਨੇ ਜਿਹੜੀਆਂ ਪਦਾਰਥਾਂ ਦੇ ਪਿੱਛੇ ਹਰ ਵਕਤ ਦੌੜਦੀਆਂ ਨੇ। ਹਰ ਵਕਤ ਜਿਹੜੀ ਸਾਡੀ ਸੋਚ ਹੈ ਉਹ ਮਟੀਰੀਅਲ ਬਾਰੇ ਸੋਚ ਰਹੀ ਹੈ। ਠੀਕ ਹੈ। ਜਿਹੜੀ ਕਿ ਸਾਡੇ ਸਮਾਜ ਦੇ ਲਈ ਬਹੁਤ ਘਾਤਕ ਸਾਬਤ ਹੋ ਰਹੀ ਹੈ। ਜਾਂ ਇਹ ਕਹਿ ਲਈਏ ਕਿ ਸਾਡੇ ਮਨ ਨੇ ਜਿਹੜੀ ਬਿਰਤੀ ਬਣਾ ਕੇ ਸੰਸਾਰ ਦੇ ਪਦਾਰਥਾਂ ਨੂੰ ਇਕੱਤਰ ਕਰਨ ਵਾਸਤੇ ਲਾ ਲਈ ਹੈ ਉਹ ਲੋਭ ਹੈ। ਠੀਕ ਹੈ। ਉਹ ਬਿਰਤੀ ਸਾਡੇ ਮਨ ਦੇ ਨਾਲ ਜਿਹੜੀ ਲੱਗ ਗਈ ਉਹਦੇ ਨਾਲ ਕੀ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਲੱਭ ਲੋਭ ਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋ ਪਾਈਏ ਨਾਹੀਂ। ਗੁਰਬਾਣੀ ਇਹ ਕਹਿੰਦੀ ਹੈ ਕਿ ਇਹ ਜਿਹੜੇ ਵਿਕਾਰ ਤੁਹਾਡੇ ਮਨ ਦੇ ਅੰਦਰ ਦੇ ਵਿੱਚ ਆ ਗਿਆ ਇਹਨੇ ਤੁਹਾਡੇ ਮਨ ਦੀ ਜਿਹੜੀ ਸ਼ਾਂਤੀ ਹੈ, ਮਨ ਦਾ ਜਿਹੜਾ ਟਿਕਾਅ ਹੈ, ਮਨ ਦੀ ਜਿਹੜੀ ਇਕਾਗਰਤਾ ਹੈ ਉਸਨੂੰ ਭੰਗ ਕਰ ਦਿੱਤਾ ਆ। ਇਸ ਕਰਕੇ ਜਿਹੜਾ ਲੋਭ ਹੈ ਭਾਈ ਪਦਾਰਥਾਂ ਦੀ ਜਿਹੜੀ ਮਨ ਵਿੱਚ ਸੋਚ ਪੈਦਾ ਹੋ ਗਈ ਹੈ ਉਸਨੂੰ ਕੱਢ ਕੇ ਮਨ ਨੂੰ ਵਿਚਾਰ ਦਿਓ, ਚੰਗਾ ਆਈਡੀਆ, ਚੰਗਾ ਵਿਚਾਰ। ਗੁਰਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਮਨ ਦੇ ਵਿੱਚੋਂ ਲੋਭ ਨੂੰ ਦੂਰ ਕਰਦਾ। ਹੁਣ ਬਾਬਾ ਫਰੀਦ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ। ਹੁਣ ਮੇਰੇ ਅੱਗੇ ਥਾਲੀ 'ਚ ਪਰੋਸ ਕੇ ਭੋਜਨ ਰੱਖਿਆ, ਤੁਹਾਡੇ ਅੱਗੇ ਵੀ ਰੱਖਿਆ ਜੀ, ਮੈਂ ਆਪਣੀ ਥਾਲੀ ਦੇ ਭੋਜਨ ਨਾਲ ਧਿਆਨ ਨਹੀਂ ਦੇਣਾ, ਮੈਂ ਤੁਹਾਡੇ ਵੇਖਣਾ ਤੁਹਾਨੂੰ ਜ਼ਿਆਦਾ ਕਿਉਂ ਦਿੱਤਾ ਰੱਬ ਨੇ। ਠੀਕ ਹੈ। ਵੀ ਤੁਹਾਡੇ ਕੋਲ 3 ਸਬਜ਼ੀਆਂ, ਮੇਰੇ ਕੋਲ 2 ਆ, ਮੈਂ ਇਹ ਨਹੀਂ ਦੇਖਣਾ ਕਿ ਮੇਰੇ ਕੋਲ ਜਿਹੜਾ ਦਿੱਤਾ ਪਰਮਾਤਮਾ ਨੇ, ਵੀ ਸ਼ੁਕਰ ਆ, ਕਈਆਂ ਦੇ ਕੋਲ 1 ਪ੍ਰਸ਼ਾਦਾ ਵੀ ਨਹੀਂ ਹੁੰਦਾ। ਜੇ ਮੈਨੂੰ ਵਾਹਿਗੁਰੂ ਨੇ 2 ਦਿੱਤੇ ਆ ਤੇ ਕਈ ਐਸੇ ਵੀ ਜਿਹਨਾਂ ਕੋਲ 1 ਵੀ ਨਹੀਂ ਹੁੰਦਾ ਜੀ। ਜੇ ਮੈਂ ਇਹ ਕਹਾਂਗਾ ਕਿ ਤੁਹਾਡੇ ਕੋਲ 4 ਪਏ, ਮੇਰੇ ਕੋਲ 2 ਆ, ਤਾਂ ਮੇਰੇ ਮਨ ਵਿੱਚ ਲੋਭ ਪੈਦਾ ਹੋਵੇਗਾ ਵੀ ਇਹ ਮੈਂ 4 ਕਿਵੇਂ ਲੈਣੇ। ਜੇ ਮੇਰੇ ਮਨ ਵਿੱਚ ਇਹ ਖਿਆਲ ਹੋਊਗਾ ਕਿ 2 ਪ੍ਰਸ਼ਾਦੇ ਰੱਬ ਨੇ ਮੈਨੂੰ ਦਿੱਤੇ ਨੇ ਤੇ ਪਰਮਾਤਮਾ ਐਸੇ ਵੀ ਕਈ ਵਿਚਾਰਿਆਂ ਕੋਲ 1 ਵੀ ਨਹੀਂ ਹੈ ਤੇ ਮੈਂ ਇਹਨੂੰ, ਮੇਰੇ ਮਨ ਵਿੱਚੋਂ ਸ਼ੁਕਰਾਨਾ ਨਿਕਲੇਗਾ। ਠੀਕ ਹੈ। ਕਿ ਪਰਮਾਤਮਾ ਨੇ ਮੈਨੂੰ 2 ਪ੍ਰਸ਼ਾਦੇ ਦਿੱਤੇ ਆ, ਜਿਸ ਦਾ ਦਿੱਤਾ ਖਾਵਣਾ ਤੇ ਸਕਹੀਏ ਸਾਬਾਸ, ਮੈਂ ਧੰਨਵਾਦ ਕਰਾਂਗਾ, ਥੈਂਕਸ ਕਰਾਂਗਾ ਗੋਡ ਦਾ ਕਿ ਪਰਮਾਤਮਾ ਤੂੰ ਕਿੰਨੀ ਕਿਰਪਾ ਕੀਤੀ ਹੈ। ਤੇ ਜੇ ਮੇਰਾ ਮਨ ਜਿਹੜਾ ਹਮੇਸ਼ਾ ਦੂਜਿਆਂ ਦੇ ਪਦਾਰਥਾਂ ਵੱਲ, ਦੂਜਿਆਂ ਦੇ ਸੁੱਖਾਂ ਵੱਲ ਹੋਏਗਾ ਤੇ ਮੇਰੇ ਮਨ ਵਿੱਚ ਲੋਭ ਪੈਦਾ ਹੋਏਗਾ। ਬਾਬਾ ਫਰੀਦ ਜੀ ਨੇ ਬੜੇ ਸੋਹਣੇ ਬਚਨ ਕਹੇ, ਕਹਿੰਦੇ ਨੇ ਪਰਮਾਤਮਾ ਨੇ ਜਿੱਦਾਂ ਦੀ ਰੁੱਖੀ ਸੁੱਖੀ ਦਿੱਤੀ ਹੈ ਨਾ ਤੈਨੂੰ, ਆਪਾਂ ਜਿਵੇਂ ਪਿੰਡਾਂ ਥਾਵਾਂ ਦੇ ਉੱਤੇ ਦੇਖਦੇ ਘਰਾਂ ਦੇ ਵਿੱਚ ਸਬਜ਼ੀ ਨਹੀਂ ਸੀ ਹੁੰਦੀ ਤੇ ਰੋਟੀ ਦੇ ਉੱਤੇ ਅਚਾਰ ਰੱਖਿਆ ਤਾਂ ਉਸਨੂੰ ਖਾ ਲੈਂਦੇ ਸੀ, ਖਾ ਕੇ ਠੰਡਾ ਪਾਣੀ ਪੀ ਕੇ। ਪਿੰਡਾਂ ਵਿੱਚ ਅਜੇ ਵੀ ਕਈ ਕਈ ਇਸ ਤਰ੍ਹਾਂ ਦੇ ਘਰ ਪਰਿਵਾਰ ਹੈਗੇ ਨੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਿ ਫਰੀਦਾ ਜੋ ਕੁਝ ਤੈਨੂੰ ਦਿੱਤਾ ਹੋਇਆ ਉਹ ਖਾ ਕੇ ਠੰਡਾ ਪਾਣੀ ਪੀ ਕੇ ਤੇ ਪਰਮਾਤਮਾ ਦਾ ਸ਼ੁਕਰਾਨਾ ਕਰ, ਦੂਜੇ ਦਾ ਪਦਾਰਥ ਦੇ ਕੇ, ਦੂਜੇ ਦਾ ਧਨ ਦੇ ਕੇ, ਦੂਜੇ ਦੀ ਜਿਹੜੀ ਖੁਰਾਕ ਮਾਇਆ ਦੇਖ ਕੇ ਮਨ ਵਿੱਚ ਲਾਲਚ ਨਾ ਪੈਦਾ ਕਰ। ਭਾਵ ਬਾਬਾ ਫਰੀਦ ਜੀ ਕਹਿੰਦੇ ਜੋ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਉਹਦੇ ਉੱਤੇ ਤੂੰ ਸੰਤੁਸ਼ਟ ਹੋ, ਦੂਜਿਆਂ ਵੱਲ ਨਾ ਧਿਆਨ ਕਰ। ਠੀਕ ਹੈ। ਤੇ ਜੇ ਅਸੀਂ ਸੰਤੁਸ਼ਟ ਹੋਵਾਂਗੇ ਜਾਂ ਸੰਤੋਖ ਰੱਖਾਂਗੇ ਆਪਣੇ ਮਨ ਦੇ ਅੰਦਰ ਤੇ ਇਹਦੇ ਨਾਲ ਜਿਹੜੀ ਇਹ ਪ੍ਰੋਗਰੈਸ ਹੈ ਜਾਂ ਅੱਗੇ ਵਧਣ ਦੀ ਜਿਹੜੀ ਚਾਹ ਹੈ ਤੇ ਬੰਦਾ ਕੰਮ ਹੀ ਨਹੀਂ ਕਰੇਗਾ, ਉਹ ਕਹੇਗਾ ਮੈਂ ਇੱਥੇ ਹੀ ਸੰਤੁਸ਼ਟ ਹੈਗਾ ਤੇ ਉਹਦੀ ਜਿਹੜੀ ਪ੍ਰੋਗਰੈਸ ਹੈ ਉਹ ਰੁਕ ਨਹੀਂ ਜਾਏਗੀ। ਸੰਤੋਖ ਦਾ ਅਰਥ ਇਹ ਨਹੀਂ ਗਾ ਕਿ ਆਪਾਂ ਕਰਨਾ ਕੁਝ ਨਹੀਂ। ਸੰਤੋਖ ਦਾ ਅਰਥ ਕਦਾਚਿਤ ਇਹ ਨਹੀਂ ਕਿ ਮੈਂ ਹੱਥ ਦੇ ਉੱਤੇ ਹੱਥ ਰੱਖ ਕੇ ਬਹਿ। ਗੁਰਬਾਣੀ ਦਾ ਤੇ ਪਹਿਲਾ ਨਿਯਮ ਸੀ ਕਿ ਕੰਮ ਕਰਨਾ, ਕਿਰਤ ਕਰਨੀ ਆ, ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਕਿਰਤ ਕਰਕੇ ਦਿਖਾਈ, ਦੁਕਾਨ ਕਿਵੇਂ ਚਲਾਉਣੀ ਆ, ਹਾਲ ਕਿਵੇਂ ਵਾਹੁਣਾ ਹੈ, ਖੂਹ ਕਿਵੇਂ ਚਲਾਉਣਾ ਹੈ, ਖੇਤੀ ਕਿਵੇਂ ਕਰਨੀ ਹੈ, ਵਪਾਰ ਕਿਵੇਂ ਕਰਨਾ।
ਠੀਕ ਹੈ ਜਾਨੀ ਸੰਤੋਖ ਦਾ ਅਰਥ ਇਹ ਨਹੀਂ ਕਿ ਹੱਥ ਤੇ ਹੱਥ ਤੇ ਰੱਖ ਕੇ ਵੀ ਪ੍ਰਮਾਤਮਾ ਨੇ ਮੈਨੂੰ ਇੱਕ ਦਿੱਤੀ ਤੇ ਖਾ ਕੇ ਮੈਂ ਬਾ ਕਹਾਂ ਬਾ ਠੀਕ ਆ ਠੀਕ ਉਹਦਾ ਅਰਥ ਹੈ ਕਿ ਮਨ ਮੇਰਾ ਜੋ ਕੁਝ ਮੇਰੇ ਕੋਲ ਹੈ ਉਹਦੇ ਨਾਲ ਸੰਤੁਸ਼ਟ ਹੈ ਪਰ ਮੈਂ ਕੰਮ ਕਰਨਾ ਮੈਂ ਵਰਕ ਕਰਨਾ ਮੈਂ ਪ੍ਰਾਪਤੀ ਕਰਨੀ ਆ ਕਿ ਆਪਣੇ ਜੀਵਨ ਦੇ ਵਿੱਚ ਮੈਂ ਜੇ ਧਨ ਪਦਾਰਥ ਮੇਰੇ ਕੋਲ ਵੱਧ ਆ ਰਿਹਾ ਤਾਂ ਮੈਂ ਉਹਦੇ ਨਾਲ ਦੂਜਿਆਂ ਦੀ ਹੈਲਪ ਵੀ ਕਰ ਰਿਹਾ ਕਿਉਂਕਿ ਮੇਰੇ ਕੋਲ ਸੰਤੋਖ ਹੈ ਪ੍ਰਮਾਤਮਾ ਮੇਰੇ ਕੋਲ ਦੋ ਦਿੱਤੀਆਂ ਅਤੇ ਮੇਰੇ ਕੋਲ ਤਿੰਨ ਦਿੱਤੀਆਂ ਹੋਈਆਂ ਮੈਂ ਇੱਕ ਗਰੀਬ ਦੀ ਨਾਲ ਹੈਲਪ ਵੀ ਕਰਦਾ ਠੀਕ ਨੀਵੇਂ ਬੰਦੇ ਨੂੰ ਫੜ ਕੇ ਵੀ ਮੈਂ ਉਠਾਉਂਦਾ ਜੇ ਕੋਈ ਬਿਮਾਰ ਆ ਉਹਦੀ ਮੈਡੀਸਨ ਦਾ ਮੈਂ ਪ੍ਰਬੰਧ ਕਰਦਾ ਠੀਕ ਹੈ ਤਾਂ ਗੁਰਬਾਣੀ ਜਿਹੜੀ ਇਹ ਨਹੀਂ ਕਹਿੰਦੀ ਕਿ ਹਾਂ ਵੀ ਸੰਤੋਖ ਜਿਹੜਾ ਹੈ ਸੰਤੋਖ ਦਾ ਅਰਥ ਹੈ ਕਿ ਤੁਹਾਡਾ ਮਨ ਸੰਤੁਸ਼ਟ ਹੈ ਜਿੱਥੇ ਤੁਸੀਂ ਬੈਠੇ ਹੋ ਜਿਸ ਥਾਂ ਦੇ ਉੱਤੇ ਤੁਸੀਂ ਬੈਠੇ ਹੋ ਉਸ ਥਾਂ ਦੇ ਉੱਤੇ ਤੁਸੀਂ ਸੰਤੁਸ਼ਟ ਹੋ ਤੁਸੀਂ ਉਸ ਥਾਂ ਦੇ ਉੱਤੋਂ ਦੋ ਕਦਮ ਅੱਗੇ ਚਲੇ ਗਏ ਹੋ ਤੁਸੀਂ ਉੱਥੇ ਵੀ ਸੰਤੁਸ਼ਟ ਹੋ ਤੁਸੀਂ ਕੱਖਾਂ ਦੇ ਵਿੱਚ ਬੈਠੇ ਹੋ ਉੱਥੇ ਵੀ ਸੰਤੁਸ਼ਟ ਹੋ ਤੁਸੀਂ ਰਾਜ ਭਾਗ ਤੇ ਬੈਠੇ ਉੱਥੇ ਵੀ ਸੰਤੁਸ਼ਟ ਹੋ ਇਹਨੂੰ ਕਹਿੰਦੇ ਸੰਤੋਖ ਤੇ ਜੇ ਕੱਖਾਂ ਦੇ ਉੱਤੇ ਬੈਠਾ ਹੋਇਆ ਮੇਰੇ ਮਨ ਵਿੱਚ ਲਾਲਚ ਹੈ ਕਿ ਰਾਜਾ ਬਣ ਜਾ ਰਾਜੇ ਦੇ ਮਨ ਵਿੱਚ ਲਾਲਚ ਹੈ ਕਿ ਦੂਜੇ ਦਾ ਦੇਸ਼ ਮੈਂ ਕਿਵੇਂ ਖੋਵਾਂ ਇਹਦਾ ਅਰਥ ਹੈ ਲਾਲਚ ਉਹਦੇ ਵਿੱਚ ਵੀ ਸੀ ਲਾਲਚ ਰਾਜੇ ਦੇ ਵਿੱਚ ਵੀ ਸੀ ਠੀਕ ਹੈ ਸੋ ਜਿਹੜਾ ਸੰਤੋਖ ਹੈ ਇਹ ਤੁਹਾਨੂੰ ਸੰਤੁਸ਼ਟ ਕਰਦਾ ਕਿ ਜਿਸ ਥਾਂ ਦੇ ਉੱਤੇ ਤੁਸੀਂ ਬੈਠੇ ਹੋ ਉਸ ਥਾਂ ਦੇ ਉੱਤੇ ਤੁਸੀਂ ਬੜੇ ਖੁਸ਼ ਹੋ ਤੁਸੀਂ ਬੜੇ ਪ੍ਰਸੰਨ ਹੋ ਔਰ ਜਿਹੜਾ ਵਰਕ ਹੈ ਆਪਣਾ ਕੰਮ ਜਿਹੜਾ ਹੈ ਉਸ ਨੂੰ ਤੁਸੀਂ ਦਿਆਨਤਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਔਰ ਮਿਹਨਤ ਦੇ ਨਾਲ ਉਸਨੂੰ ਨਿਭਾ ਰਹੇ ਸੋ ਕੰਮ ਆਪਣਾ ਕਰਦੇ ਰਹੋ ਪਰ ਲੋਭੀ ਸੋਚ ਨਾ ਰੱਖੋ ਸੈਟਿਸਫਾਈ ਰਹੋ ਤੇ ਉਹੀ ਹੈ ਭਾਈ ਸਾਹਿਬ ਜੀ ਅਸੀਂ ਗੱਲਬਾਤ ਕਰਾਂਗੇ ਸੰਤੋਖ ਦੇ ਉੱਪਰ ਗੁਰਬਾਣੀ ਕੀ ਕਹਿੰਦੀ ਹੈ ਪਰ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 604-825-9295 ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਭਾਈ ਸੁਖਦੇਵ ਜੀ ਦੇ ਨਾਲ ਲੋਭ ਤੇ ਸੰਤੋਖ ਦੇ ਉੱਪਰ ਆਓ ਗੱਲਬਾਤ ਜਾਰੀ ਰੱਖਦੇ ਹਾਂ ਅਤੇ ਹੋਰ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਇਸ ਦੇ ਉੱਪਰ ਭਾਈ ਸਾਹਿਬ ਜੀ ਬ੍ਰੇਕ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀਗੇ ਕਿ ਸੰਤੋਖ ਆਪਣੇ ਮਨ ਦੇ ਅੰਦਰ ਲੈ ਕੇ ਆਉਣਾ ਚਾਹੀਦਾ ਅਤੇ ਲੋਭ ਜਿਹੜਾ ਹੈਗਾ ਉਹਨੂੰ ਖਤਮ ਕਰਨਾ ਚਾਹੀਦਾ ਅਤੇ ਹੁਣ ਇਹ ਦੱਸੋ ਕਿ ਜਿਹੜਾ ਸੰਤੋਖ ਹੈ ਇਹ ਗੁਰਬਾਣੀ ਦੇ ਵਿੱਚ ਇਹਦਾ ਕੀ ਭਾਵ ਹੈਗਾ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਜਿਹੜਾ ਆਪਾਂ ਨੂੰ ਸੰਤੋਖ ਇਹ ਸੰਤੋਖ ਦਰਅਸਲ ਸਾਡਾ ਇੱਕ ਆਤਮਕ ਗੁਣ ਹੈ ਜੇ ਲੋਭ ਅੰਦਰ ਵਿੱਚ ਆਉਂਦਾ ਹੈ ਤੇ ਉਹ ਔਗਣ ਦਾ ਕੰਮ ਕਰਦਾ ਹੈ ਸੰਤੋਖ ਆਉਂਦਾ ਹੈ ਤੇ ਉਹ ਗੁਣ ਦਾ ਕੰਮ ਕਰਦਾ ਹੈ ਜਾਂ ਦੂਜਾ ਕਹਿ ਸਕਦੇ ਹਾਂ ਕਿ ਲੋਭ ਆਉਂਦਾ ਹੈ ਤੇ ਸਾਡੇ ਵਿੱਚ ਨੈਗੇਟਿਵ ਬਿਰਤੀਆਂ ਜ਼ਿਆਦਾ ਪੈਦਾ ਹੁੰਦੀਆਂ ਨੇ ਠੀਕ ਹੈ ਸਾਡਾ ਮਨ ਜਿਹੜਾ ਆ ਉਹ ਭਟਕਦਾ ਬਹੁਤਾ ਆ ਮਨ ਸਾਡੇ ਦੀ ਇਕਾਗਰਤਾ ਭੰਗ ਹੁੰਦੀ ਹੈ ਮਨ ਸਾਡਾ ਨਿਸ਼ਾਨੇ ਤੋਂ ਖੁੰਝ ਜਾਂਦਾ ਸੰਤੋਖ ਆਉਂਦਾ ਆ ਤੇ ਸਾਡੀ ਸਾਰੀ ਐਨਰਜੀ ਜਿਹੜੀ ਆ ਉਹ ਇੱਕ ਥਾਂ 'ਤੇ ਇਕੱਠੀ ਹੁੰਦੀ ਹੈ ਮਨ ਸਾਡਾ ਜਿਹੜਾ ਇਕਾਗਰ ਹੁੰਦਾ ਮਨ ਤਾਂ ਇਕਾਗਰ ਹੋਏਗਾ ਜਦੋਂ ਮਨ ਜਿਹੜਾ ਆ ਉਹ ਰੱਜਿਆ ਹੋਵੇਗਾ ਠੀਕ ਹੈ ਤਨ ਭੁੱਖਾ ਹੋਏਗਾ ਤਾਂ ਸਾਡੀ ਇਕਾਗਰਤਾ ਨਹੀਂ ਬਣੇਗੀ ਸਾਡਾ ਦਿਮਾਗ ਜਿਹੜਾ ਪੂਰੀ ਤਰ੍ਹਾਂ ਕੰਮ ਨਹੀਂ ਕਰੇਗਾ ਕਿਉਂਕਿ ਜਿਹੜਾ ਸਾਡਾ ਉਧਰ ਹੈ ਸਾਨੂੰ ਭੁੱਖ ਲੱਗੀ ਹੋਈ ਹੈ ਅਗਰ ਸਾਡਾ ਸਰੀਰ ਜਿਹੜਾ ਉਹ ਸੰਤੁਸ਼ਟ ਹੋਏਗਾ ਭੋਜਨ ਖਾ ਕੇ ਤੇ ਸਾਡੇ ਸਰੀਰ ਦੀ ਐਨਰਜੀ ਜਿਹੜੀ ਹੈ ਉਹ ਦੁੱਗਣਾ ਕੰਮ ਕਰੇਗੀ ਠੀਕ ਹੈ ਬਿਲਕੁਲ ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ ਮਨ ਜਿਹੜਾ ਆ ਜਦੋਂ ਉਹਨੂੰ ਆਪਾਂ ਭੋਜਨ ਨਹੀਂ ਦਿੱਤਾ ਮਨ ਸਾਡਾ ਭੁੱਖਾ ਹੈ ਠੀਕ ਹੈ ਤੇ ਮਨ ਭੁੱਖਾ ਹੋਣ ਕਰਕੇ ਬਿਖਰਿਆ ਫਿਰਿਆ ਉਹਦੀ ਤਾਕਤ ਜਿਹੜੀ ਹੈ ਖਤਮ ਹੋਈ ਪਈ ਹੈ ਵੰਡੀ ਹੋਈ ਹੈ ਖੰਡ ਖੰਡ ਹੋਈ ਹੈ ਤਾਂ ਗੁਰੂ ਸਾਹਿਬ ਬਾਣੀ ਵਿੱਚ ਬਖਸ਼ਦੇ ਨੇ ਕਿ ਜਿਹੜਾ ਬਿਨਾਂ ਸੰਤੋਖ ਨਹੀਂ ਕੋ ਰਾਜ ਸੰਤੋਖ ਤੋਂ ਬਗੈਰ ਕੋਈ ਵਿਅਕਤੀ ਰਾਜੀ ਨਹੀਂ ਸਕਦਾ ਠੀਕ ਹੈ ਚਾਹੇ ਉਹ ਸਾਰੇ ਸੰਸਾਰ ਦੇ ਪਦਾਰਥ ਉਹਨੂੰ ਦੇ ਦਿੱਤੇ ਜਾਣ ਪਰ ਤਾਂ ਵੀ ਉਹ ਭੁੱਖੇ ਦਾ ਭੁੱਖਾ ਹੀ ਰਹੇਗਾ ਔਰ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਬੜੇ ਬੜੇ ਰਾਜੇ ਮਹਾਰਾਜੇ ਆਏ ਔਰ ਅੱਜ ਵੀ ਉਹ ਹੋੜ ਜਿਹੜੀ ਹੈ ਇੱਕ ਦੇਸ਼ ਦੀ ਦੂਜੇ ਦੇਸ਼ ਦੀ ਦੇਸ਼ ਨੂੰ ਮੰਨਣ ਦੀ ਲੱਗੀ ਹੋਈ ਹੈ ਉਹ ਰਾਜਿਆਂ ਦੇ ਵਿੱਚ ਉਹ ਅੱਜ ਵੀ ਵਰਤੀਆਂ ਜਿਹੜੀਆਂ ਆਪਾਂ ਦੇਖਦੇ ਹਾਂ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਜਦੋਂ ਗੁਰਬਾਣੀ ਦਾ ਜਿਹੜਾ ਸ਼ਬਦ ਹੈ ਗੁਰਬਾਣੀ ਦੇ ਜਿਹੜੇ ਵਿਚਾਰ ਨੇ ਉਹ ਸਾਡੇ ਮਨ ਦੇ ਵਿੱਚ ਆਉਂਦੇ ਨੇ ਤੇ ਕੁਦਰਤੀ ਹੈ ਕਿ ਜਿਹੜਾ ਮਨ ਦੇ ਵਿੱਚ ਅੰਧੇਰਾ ਹੁੰਦਾ ਹੈ ਪ੍ਰਕਾਸ਼ ਗੁਰਬਾਣੀ ਦਾ ਆਇਆ ਅੰਧੇਰਾ ਵਿੱਚੋਂ ਬਾਹਰ ਚਲਾ ਗਿਆ ਠੀਕ ਹੈ ਤੇ ਜਦੋਂ ਅੰਧੇਰਾ ਸਾਡੇ ਅੰਦਰ ਦੇ ਵਿੱਚੋਂ ਮਿਟ ਗਿਆ ਤੇ ਸਾਨੂੰ ਅਹਿਸਾਸ ਹੋਇਆ ਕਿ ਪਰਮਾਤਮਾ ਪਰਮੇਸ਼ਰ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਮੈਂ ਉਹਦਾ ਸ਼ੁਕਰਾਨਾ ਕਰਨਾ ਵਾਹਿਗੁਰੂ ਨੇ ਮੈਨੂੰ ਕਮਾਉਣ ਲਈ ਹੱਥ ਦਿੱਤੇ ਨੇ ਦੇਖਣ ਲਈ ਅੱਖਾਂ ਦਿੱਤੀਆਂ ਨੇ ਬੋਲਣ ਲਈ ਜੀਭਾ ਦਿੱਤੀ ਹੈ ਕਈਆਂ ਕੋਲੋਂ ਅੰਗ ਪੈਰ ਹੀ ਪੂਰੇ ਨਹੀਂ ਹੁੰਦੇ ਨਹੀਂ ਹੁੰਦੇ ਠੀਕ ਹੈ ਤਾਂ ਜਦੋਂ ਹਮੇਸ਼ਾ ਆਪਾਂ ਅਕਾਲ ਪੁਰਖ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ
महसूस करते हैं अपने मन के विच कि परमात्मा ने मैनू ये दातां बख्शिश कीतियां तां भई मैं इत्थे संतुष्ट हाँ, मैं इत्थे पूरी तरह तृप्त हाँ और प्रसन्न हाँ और मैं धन्यवाद करदा जिस वाहिगुरु परमात्मा ने मैनू ये जीवन दान बख्शिश किया है ते मैं उहदा शुकराना करदा। हुण भगत नामदेव जी ने बड़ी सोहनी उदाहरण दित्ती है जिहड़ी संतोख दे नाल संबंधित है जी। वो कहिंदे कि अकाल पुरख परमात्मा भी तू मैनू 36 प्रकार का भोजन दिता ठीक है ते मैं खा के बड़ा संतुष्ट होया कि परमात्मा तू मेरे ते कृपा की थी। ते जे 36 प्रकार दा भोजन चक के ठीक है मैनू तू सुके टुकड़े खाण लई दे दिते ते मैं प्रसन्नता मेरी उन्नी कायम रही ठीक है। ये नहीं कि मैं देखा कि 36 प्रकार दा भोजन चला गया तां हुण मैं मेरे कुल की है हुंदा साडे कोई है कि जदों साडे कोल कोई चीज खुसदी है साडे कोल हुंदी आ तां असीं होर प्राप्ति की इच्छा करते जी होंगी साड़ी कोई चले जाएगी तो असं उदों उतावले हो जाने रोने दुखी होंने संताप भोगते हैं। तो गुरबाणी की करती है कि गुरबाणी हर थान के उत्ते हम गुरु रामदास ने बड़ी सोहनी उदाहरण दी है वो कहते कि अकाल पुरख परमात्मा भी कृपा करो कि जे तुसी मैनू तख्त ते बिठाया तो तुहाडा बहुत धन्यवाद कि तुसी मैनू कृपा करके मैनू इहदे ते बिठाया तो जे तुसी इहदे तों उतार के मैनू घा ते बिठा दो ते मैं बड़ा प्रसन्न हाँ मेरी प्रसन्नता विच फर्क नहीं पिया ठीक है इन्हूं कहिंदे संतोख कि जिस भी हालत विच हो तुसीं चाहे तुसीं राजे हो चाहे तुसीं कंगाल हो हर एक हालत विच जिहड़े तुहाडे अंदर दा विकास है अंदर दी जिहड़ी प्रसन्नता है वह पदार्थां नाल नहीं जुड़ी असीं की आ पदार्थ नाल जुड़े हां। संतोख की करता तुहानूं पदार्थां नाल जुड़न नहीं दिंदा परमात्मा नाल जुड़ के रखता वाहिगुरु नाल जुड़ के रखता। अगर तुसीं खुश हो कखां दी कुली विच ते तुसीं राजे हो ते जे महलां विच बैठे होए तुसीं खुश नहीं हो प्रसन्न नहीं हो तो तुसी भिखारी हो तां वी भिखारी हो बिल्कुल। राजा वो है जिहड़ा रज्या होया है राजा वो है जिहदा मन रज्या होया है ते मन रज्या वो कखां दे विच बैठा होया व्यक्ति रज्या है तृप्त है और जिहड़ा कखां विच बैठा है उहदे मन विच वाहिगुरु ने आत्मा उहदी नूं संतोख दित्ता है कि वाहिगुरु मैं बड़ा खुश हां मैं बड़ा प्रसन्न हां। बिल्कुल ठीक जिवें असीं गल्लबात करिए भाई साहब जी कि संतुष्टि होनी चाहीदी है लोभ नहीं होना चाहीदा हर इक हालत दे विच सानूं ਉਹੀ ਸੇਮ ਐਕਸਪ੍ਰੈਸ਼ਨਸ ਲੈ ਕੇ ਆਉਣੇ ਚਾਹੀਦੇ ਨੇ ਤਾਂ ਕਿ ਸਾਡੇ ਅੰਦਰ ਜਿਹੜੀ ਹੈ ਉਹ ਜਿਹੜੀ ਲੋਭ ਦੀ ਹੈ ਉਹ ਚੀਜ਼ ਸਾਡੇ ਅੰਦਰ ਨਾ ਆਵੇ। ਅਤੇ ਅਸੀਂ ਕਹਿੰਦੇ ਹਾਂ ਕਿ ਥਰੈਟੀਕਲ ਜਿਹੜੀਆਂ ਇਹ ਚੀਜ਼ਾਂ ਨੇ ਇਹ ਬੜੀਆਂ ਵਧੀਆ ਲੱਗਦੀਆਂ ਨੇ ਪਰ ਕੀ ਇਹ ਪ੍ਰੈਕਟੀਕਲ ਇਹ ਚੀਜ਼ ਪੋਸੀਬਲ ਹੈ ਅੱਜ ਦੇ ਟਾਈਮ ਦੇ ਵਿੱਚ? ਬਿਲਕੁਲ ਪੋਸੀਬਲ ਹੈ ਜਿਹੜੀ ਗੁਰਬਾਣੀ ਦੇ ਸ਼ਬਦ ਆਪਾਂ ਨੂੰ ਇਹ ਕੇਵਲ ਤਾਂ ਕੇਵਲ ਥਿਊਰੀ ਨਹੀਂ ਹੈ ਇਹ ਗੁਰਬਾਣੀ ਜਿੰਨੀ ਆਪਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਉਸਨੂੰ ਕਮਾਇਆ ਗਿਆ ਉਹਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਧਾਰਨ ਕਰਕੇ ਤਾਂ ਗੁਰੂ ਨੇ ਉਪਦੇਸ਼ ਦਿੱਤੇ ਆ ਤਾਂ ਸਾਡੇ ਤੱਕ ਇਹ ਬਾਣੀ ਆਈ ਹੈ ਕਿ ਗੁਰੂ ਸਾਹਿਬ ਜੀ ਨੇ ਉਸਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਧਾਰਨ ਕੀਤਾ ਠੀਕ ਹੈ ਔਰ ਧਾਰਨ ਕੀਤਾ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦੀ ਆਪਾਂ ਉਦਾਹਰਣ ਲੈਂਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਗਏ ਤੇ ਉਹਨਾਂ ਨੇ ਵਪਾਰ ਕਰਨ ਵਾਸਤੇ ਗਏ ਉਹਨਾਂ ਭੁੱਖੇ ਸਾਧੂ ਦੇਖੇ ਤੇ ਭੁੱਖੇ ਸਾਧੂ ਦੇਖ ਕੇ ਉਹਨਾਂ ਨੂੰ ਭੋਜਨ ਛਕਾ ਦਿੱਤਾ ਕਿ ਹਾਂ ਵੀ ਆਹ ਜਿਹੜਾ ਭੋਜਨ ਤੁਸੀਂ ਛਕੋ ਉਹਦਾ ਅਰਥ ਕੀ ਸੀ ਕਿ ਗੁਰੂ ਸਾਹਿਬ ਦੇ ਅੰਦਰ ਦੇ ਵਿੱਚ ਉਹ ਸੰਤੁਸ਼ਟੀ ਸੀ ਜੀ ਉਹਨਾਂ ਸੰਤੋਖ ਸੀ ਉਹਨਾਂ ਕਿਹਾ ਕਿ ਮੇਰੇ ਨਾਲੋਂ ਇਹਨਾਂ ਦੀ ਜ਼ਰੂਰਤ ਜ਼ਿਆਦਾ। ਤਾਂ ਗੁਰਬਾਣੀ ਦੇ ਵਿੱਚ ਅੱਜ ਵੀ ਐਸੇ ਗੁਰਸਿੱਖ ਹੈ ਜਿਨ੍ਹਾਂ ਦੇ ਕੋਲ ਪਰਮਾਤਮਾ ਦੀ ਬੜੀ ਕਿਰਪਾ ਐਸਾ ਨਹੀਂ ਹੁੰਦਾ ਕਿ ਹਾਂ ਵੀ ਇੱਕ ਚੀਜ਼ ਦੀ ਬਹੁਤ ਆਤ ਹੋ ਗਈ ਹੈ ਅਤੇ ਦੂਜੀ ਖਤਮ ਹੋ ਗਈ ਜਾਂ ਝੂਠ ਇੰਨਾ ਵੱਧ ਗਿਆ ਸੱਚ ਖਤਮ ਹੋ ਗਿਆ ਖਤਮ ਕੁਝ ਨਹੀਂ ਹੋਇਆ ਪਰ ਇਹ ਆ ਵੀ ਕੁਆਂਟਿਟੀ ਵਿੱਚ ਫਰਕ ਪੈ ਸਕਦਾ ਠੀਕ ਹੈ ਤੇ ਕੋਈ ਜ਼ਿਆਦਾ ਹੋ ਗਏ ਕੁਝ ਘੱਟ ਹੋ ਗਏ ਪਰ ਇਹ ਆ ਕਿ ਜਿਹੜਾ ਸੰਤੋਖ ਤੋਂ ਬਗੈਰ ਛੁਟਕਾਰਾ ਨਹੀਂ। ਬਿਲਕੁਲ ਹੁਣ ਕਈ ਵਾਰ ਹੁੰਦਾ ਹੈ ਕਿ ਮਨੁੱਖ ਸਾਰੀ ਜ਼ਿੰਦਗੀ ਕਮਾਈ ਜਾਂਦਾ ਹੈ ਕਮਾਈ ਜਾਂਦਾ ਹੈ ਕਮਾਈ ਜਾਂਦਾ ਕਹਿੰਦਾ ਖਾਵਾਂਗੇ ਜਦੋਂ ਪਿਛਲੀ ਉਮਰ ਚਲੇ ਗਏ ਉਦੋਂ ਖਾਣ ਤੋਂ ਬੰਦ ਕਰ ਦਿੰਦੇ ਡਾਕਟਰ ਤੂੰ ਖਾ ਹੀ ਨਹੀਂ ਸਕਦਾ ਕੀ ਫਾਇਦਾ ਹੋਇਆ ਜੀ ਜੀ ਗੁਰਬਾਣੀ ਨੇ ਇਹ ਕਿਰਪਾ ਕੀਤੀ ਹੈ ਕਿ ਪਰਮਾਤਮਾ ਨੇ ਤੈਨੂੰ ਅੱਜ ਦਾ ਭੋਜਨ ਦਿੱਤਾ ਹੋਇਆ ਪੰਛੀ ਜਿਹੜੇ ਰੋਜ਼ ਹੀ ਜਾਂਦੇ ਵਿਚਾਰੇ ਉੱਡਣ ਵਾਸਤੇ ਅੱਜ ਜੇ ਉਹਨਾਂ ਨੇ ਭੋਜਨ ਕਹਾਇਆ ਕਦੋਂ ਸਦੀਆਂ ਤੋਂ ਪੰਛੀ ਉੱਡੀ ਜਾਂਦੇ ਤੇ ਖਾਈ ਜਾਂਦੇ ਆ ਜੀ ਉਹ ਗਵਰਨਮੈਂਟ ਮਨਾ ਕਰਦੀ ਵੀ ਤੁਸੀਂ ਭੋਜਨ ਨਾ ਦਿਓ ਕੁਦਰਤ ਨੇ ਉਹਨਾਂ ਲਈ ਭੋਜਨ ਤਿਆਰ ਕੀਤਾ ਹੋਇਆ ਜੀ ਤਾਂ ਇਹ ਹੈ ਕਿ ਪਰਮਾਤਮਾ ਨੇ ਬੜੀ ਕਿਰਪਾ ਕਰਕੇ ਦਾਤ ਬਖਸ਼ਿਸ਼ ਕੀਤੀ ਹੈ ਤੇ ਉਸਨੂੰ ਪ੍ਰੈਕਟੀਕਲ ਲਾਈਫ ਵਿੱਚ ਲਿਆਵਾਂਗੇ ਤਾਂ ਛੁਟਕਾਰਾ ਹੈ। ਗੁਰਬਾਣੀ ਦੀ ਜਿਹੜੀ ਥਿਊਰੀ ਹੈ ਗੁਰਬਾਣੀ ਦੇ ਜਿਹੜੇ ਸਿਧਾਂਤ ਨੇ ਜੇ ਆਪਾਂ ਮੱਥਾ ਟੇਕ ਕੇ ਆਪਾਂ ਗੁਰਦੁਆਰੇ ਵਾਪਸ ਆ ਗਏ ਤਾਂ ਵੀ ਗੁਰੂ ਸਾਹਿਬ ਨੇ ਆਹ ਗੁਰਬਾਣੀ ਵਿੱਚ ਕਿਹਾ ਹੈ ਉਸਨੂੰ ਕਮਾਇਆ ਹੀ ਨਹੀਂ ਤਾਂ ਅਸੀਂ ਗੁਰੂ ਵਾਲੇ ਨਹੀਂ। ਗੁਰੂ ਵਾਲੇ ਤਦ ਬਣਦੇ ਆ ਜਦੋਂ ਆਪਾਂ ਗੁਰਬਾਣੀ ਨੂੰ ਆਪਣੇ ਅਮਲੀ ਜੀਵਨ ਵਿੱਚ ਲੈ ਕੇ ਆਉਂਦੇ ਹਾਂ ਤਾਂ ਚੇਂਜ ਆਉਂਦੀ ਹੈ ਤਾਂ ਜੀਵਨ ਦੇ ਵਿੱਚ ਬਦਲਾਅ ਆਉਂਦਾ ਨਹੀਂ ਤਾਂ ਬਦਲਾਅ ਹੀ ਨਹੀਂ ਆਉਂਦਾ ਜੀਵਨ ਦੇ ਵਿੱਚ ਜਿਵੇਂ ਦੇ ਪਹਿਲਾਂ ਸੀ ਉਵੇਂ ਦੇ ਅਸੀਂ ਹੋਣਾ ਜੀ। ਸੋ ਇਸ ਕਰਕੇ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਉਂਦੀ ਆ ਅੱਜ ਵੀ ਇੱਕ ਇੱਕ ਸ਼ਬਦ ਜਿਹੜਾ ਹੈ ਸਾਡੇ ਅੱਗੇ ਪੂਰਾ ਪ੍ਰਕਾਸ਼ ਕਰਦਾ ਕਿ ਕਿਵੇਂ ਤੁਸੀਂ ਬਾਣੀ ਨੂੰ ਕਮਾਉਣਾ ਹੈ ਕਿਵੇਂ ਤੁਸੀਂ ਆਪਣੇ ਜੀਵਨ ਵਿੱਚ ਸੰਤੋਖੀ ਬਣਨਾ ਹੈ ਕਿਵੇਂ ਤੁਸੀਂ ਆਪਣੇ ਜੀਵਨ ਦੇ ਵਿੱਚ ਸੰਤੁਸ਼ਟ ਹੋਣਾ ਲੈ ਕੇ ਆਉਣਾ। ਸੋ ਜਿਹੜੀ ਤੁਸੀਂ ਗੱਲ ਕੀਤੀ ਕਿ ਪ੍ਰੈਕਟੀਕਲ ਅਸੀਂ ਜ਼ਰੂਰ ਕਰ ਸਕਦੇ ਹਾਂ ਕੋਈ ਇਹਦੇ ਸਟੈਪਸ ਹੈਗੇ ਨੇ ਵੀ ਅਸੀਂ ਕਿਵੇਂ ਆਪਣੀ ਲਾਈਫ ਦੇ ਵਿੱਚ ਉਹ ਸੰਤੋਖ ਲੈ ਕੇ ਆ ਸਕਦੇ ਹਾਂ?
ਸਭ ਤੋਂ ਪਹਿਲਾ ਸਟੈਪ ਜਿਹੜਾ ਹੈਗਾ ਆ ਉਹ ਹੈ ਗੁਰੂ ਦੀ ਸੰਗਤ। ਠੀਕ ਹੈ, ਪਹਿਲਾ ਜਿਹੜਾ ਕੰਮ ਸਭ ਤੋਂ ਵੱਡਾ ਉਹ ਹੈ ਜਦੋਂ ਆਪਾਂ ਸਤ ਸੰਗਤ ਵਿੱਚ ਬੈਠਦੇ ਹਾਂ ਤਾਂ ਉਸ ਵਕਤ ਆਪਾਂ ਸੰਗਤ ਵਿੱਚ ਬੈਠ ਕੇ ਦੂਜਾ ਕੰਮ ਆਪਾਂ ਕਰਨਾ ਹੈ ਕਿ ਆਪਣਾ ਜਿਹੜਾ ਧਿਆਨ ਹੈ ਉਸਨੂੰ ਗੁਰਬਾਣੀ ਦੇ ਨਾਲ ਜੋੜਨਾ। ਠੀਕ ਹੈ, ਕਿਉਂਕਿ ਇਹ ਉਹ ਦੈਵੀ ਗੁਣ ਨੇ ਜਿਹੜੇ ਪਰਮਾਤਮਾ ਦੇ ਨਾਲ ਸੰਬੰਧਿਤ ਨੇ ਤੇ ਪਰਮਾਤਮਾ ਦੇ ਨਾਲ ਜੁੜ ਕੇ ਹੀ ਉਹ ਪ੍ਰਾਪਤ ਹੁੰਦੇ ਨੇ। ਆਪਾਂ ਰੋਜ਼ ਰਹਿਰਸ ਦੀ ਬਾਣੀ ਪੜ੍ਹਦੇ ਸੁਣਦੇ ਹਾਂ, ਉਹਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਸੋਹਣੇ ਬਚਨ ਕਹੇ। ਉਹ ਕਹਿੰਦੇ ਮਿਲ ਸੰਗਤ ਗੁਣ ਪ੍ਰਗਾਸ, ਕਿ ਸੰਗਤ ਵਿੱਚ ਜਦੋਂ ਆਪਾਂ ਜੁੜਦੇ ਹਾਂ ਤੇ ਆਪਣੇ ਅੰਦਰ ਦੇ ਜਿਹੜੇ ਔਗਣ ਹੁੰਦੇ ਨੇ ਲੱਭ ਲੋਭ ਕਾਮ ਕ੍ਰੋਧ ਹੰਕਾਰ ਜਿਹੜਾ ਉਹ ਮਰਦਾ, ਉਹ ਸਾਨੂੰ ਛੱਡ ਕੇ ਦੂਰ ਜਾਂਦਾ ਤੇ ਸਾਡੇ ਅੰਦਰ ਦੇ ਵਿੱਚ ਜਿਹੜੇ ਆ ਧਰਮ ਧੀਰਜ ਸਤ ਸੰਤੋਖ ਦਇਆ ਇਹ ਆਉਂਦੇ ਆ। ਠੀਕ ਹੈ, ਜਦੋਂ ਸੰਗਤ ਵਿੱਚ ਜਾ ਕੇ ਆਪਾਂ ਗੁਰਬਾਣੀ ਨੂੰ ਸੁਣਦੇ ਹਾਂ ਫਿਰ ਗੁਰਬਾਣੀ ਨੂੰ ਸੁਣ ਕੇ ਅਗਲੀ ਗੱਲ ਹੈ ਕਿ ਗੁਰਬਾਣੀ ਨੇ ਕਿਹਾ ਕੀ ਹੈ, ਵਿਚਾਰਨਾ ਬੜਾ ਜ਼ਰੂਰੀ ਹੈ। ਹੁਣ ਜੇ ਆਪਾਂ ਭੋਜਨ ਖਾ ਲਈਏ ਉਧਰ ਭਰ ਕੇ ਢਿੱਡ ਭਰ ਕੇ ਤੇ ਉਸਨੂੰ ਪਚਾਇਆ ਹੀ ਨਹੀਂ, ਉਹ ਸਾਡੀ ਖੁਰਾਕ ਬਣਨੀ ਨਹੀਂ। ਭੋਜਨ ਸਾਡੀ ਖੁਰਾਕ ਤਾਕਤ ਤਾਂ ਬਣਦਾ ਹੈ ਜੇ ਸਾਡੇ ਪੇਟ ਵਿੱਚ ਭੋਜਨ ਪਚੇ, ਤੇ ਪਚਣ ਦੇ ਲਈ ਆਪਾਂ ਨੂੰ ਜਾਂ ਤਾਂ ਸੈਰ ਕਰਨੀ ਪਊਗੀ ਜਾਂ ਕੰਮ ਕਰਨਾ ਪਊਗਾ। ਜੀ ਬਿਲਕੁਲ, ਤਾਂ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਗੁਰਬਾਣੀ ਨੂੰ ਜਦੋਂ ਪੜ੍ਹਦੇ ਹਾਂ ਜਦੋਂ ਸੁਣਦੇ ਹਾਂ ਉਦੋਂ ਗੁਰਬਾਣੀ ਦੀ ਵਿਚਾਰ ਕਰਨੀ ਬੜੀ ਜ਼ਰੂਰੀ ਹੈ। ਠੀਕ ਹੈ, ਗੁਰਬਾਣੀ ਦੀ ਜਦੋਂ ਆਪਾਂ ਵਿਚਾਰ ਕਰਦੇ ਹਾਂ ਤੇ ਦੋ ਤਰ੍ਹਾਂ ਦੇ ਆਈਡੀਏ ਦੋ ਤਰ੍ਹਾਂ ਦੇ ਵਿਚਾਰ ਆਪਣੇ ਸਾਹਮਣੇ ਆ ਜਾਂਦੇ ਆ। ਜੇ ਆਪਾਂ ਦੋ ਵਿਚਾਰ ਲੈ ਲਈਏ, ਇੱਕ ਲੋਭ ਦਾ ਵਿਚਾਰ ਆ ਗਿਆ, ਇੱਕ ਸੰਤੋਖ ਦਾ ਵਿਚਾਰ, ਦੋ ਵਿਚਾਰ ਆਪਣੇ ਸਾਹਮਣੇ ਆ ਗਏ। ਉਹਨੂੰ ਜਦੋਂ ਆਪਾਂ ਵਿਚਾਰ ਕਰਦੇ ਹਾਂ ਕਿ ਹਾਂ ਵੀ ਸੰਤੋਖ ਕੀ ਹੈ ਤੇ ਲੋਭ ਕੀ ਹੈ, ਲੋਭ ਦੇ ਕੀ ਨੁਕਸਾਨ ਨੇ, ਸੰਤੋਖ ਦੇ ਕੀ ਫਾਇਦੇ ਨੇ, ਤੇ ਜਦੋਂ ਉਸ ਦੀ ਵਿਚਾਰ ਕਰਦੇ ਹਾਂ ਤੇ ਉਹਦੇ ਵਿੱਚੋਂ ਇੱਕ ਤੱਤ ਪੈਦਾ ਹੁੰਦਾ, ਤੱਤਵ ਗਿਆਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਫਿਰ ਸਾਡੇ ਅੰਦਰ ਦੇ ਵਿੱਚ ਤਾਕਤ ਪੈਦਾ ਕਰਦਾ, ਸਾਡੇ ਸਾਨੂੰ ਜਿਹਨੂੰ ਆਪਾਂ ਕਹਿੰਦੇ ਆਤਮਕ ਬਲ ਸਾਨੂੰ ਪ੍ਰਾਪਤ ਹੁੰਦਾ, ਤੇ ਉਹਦੇ ਨਾਲ ਕੀ ਹੁੰਦਾ ਹੈ ਔਗਣ ਜਿਹੜੇ ਨੇ ਸਾਡੇ ਅੰਦਰ ਵਿੱਚੋਂ ਚਲੇ ਜਾਂਦੇ ਨੇ ਤੇ ਗੁਣ ਸਾਡੇ ਅੰਦਰ ਵਿੱਚ ਆ ਜਾਂਦੇ ਨੇ। ਔਰ ਅਸੀਂ ਸ਼ੁਕਰਾਨਾ ਕਰਦੇ ਹਾਂ ਹਰ ਰੋਜ਼ ਪਰਮਾਤਮਾ ਦਾ ਕਿ ਤੂੰ ਦਾਤਾ ਬਹੁਤ ਕਿਰਪਾ ਕੀਤੀ ਹੈ ਕਿ ਸਾਨੂੰ ਇਹ ਤੂੰ ਜੀਵਨ ਬਖਸ਼ਿਸ਼ ਕੀਤਾ ਹੈ, ਸਾਨੂੰ ਅੱਜ ਤੁਰਨ ਵਾਸਤੇ ਤੂੰ ਤਾਕਤ ਦਿੱਤੀ, ਹੋ ਸਕਦਾ ਅਸੀਂ ਤੁਰਦੇ ਹੀ ਨਾ ਅੱਜ। ਠੀਕ ਹੈ, ਅੱਜ ਤੁਸੀਂ ਇੱਕ ਨਵਾਂ ਸੂਰਜ ਸਾਨੂੰ ਦੇਖਣ ਵਾਸਤੇ ਦਿੱਤਾ, ਹੋ ਸਕਦਾ ਰਾਤ ਸੁੱਤੇ ਰਹਿੰਦੇ ਉੱਠਦੇ ਹੀ ਨਾ। ਜੀ, ਗੱਲ ਮੈਨੂੰ ਸਮਝਾਉਣ ਵਾਲੀ ਹੈ, ਹੋ ਸਕਦਾ ਹੈ ਪ੍ਰਮਾਤਮਾ ਅੱਜ ਤੁਸੀਂ ਮੈਨੂੰ ਕਿਰਪਾ ਕਰਕੇ ਇੰਨੀ ਜਿਹੜੀ ਮਾਇਆ ਦਿੱਤੀ ਹੈ, ਹੋ ਸਕਦਾ ਮੇਰੀ ਇਹ ਵੀ ਮਾਇਆ ਜਿਹੜੀ ਚਲੇ ਜਾਂਦੀ, ਫਿਰ ਮੈਂ ਕੀ ਕਰਦਾ। ਇਹ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਵੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਕਿ ਇਹ ਕੀ ਬਿਨਾਂ ਦੇ ਦਸ ਵੀ ਹਿਰਲੇ ਤਾਂ ਮੋੜਾ ਕੋ ਕਿਹਾ ਕਰੇ, ਕਿ ਜੇ ਇੱਕ ਵਸਤੂ ਜਿਹੜੀ ਪਰਮਾਤਮਾ ਦੇ ਕੋਲੋਂ ਤੂੰ ਮੰਗ ਰਿਹਾ ਪਰਮਾਤਮਾ ਤੈਨੂੰ ਨਹੀਂ ਦਿੰਦਾ, ਦਸ ਦਿੱਤੀਆਂ ਵਾਪਸ ਲੈ ਲੈਂਦਾ, ਫਿਰ ਕੀ ਕਰੇਗਾ, ਫਿਰ ਕੀ ਕਰੋਗੇ ਜੀ। ਸੋ ਮਨ ਨੂੰ ਸਮਝਾਉਣ ਦੇ ਲਈ ਬੜਾ ਜ਼ਰੂਰੀ ਹੈ ਕਿ ਪਰਮਾਤਮਾ ਨੇ ਅੱਜ ਜੇ ਨਵਾਂ ਦਿਨ ਦਿੱਤਾ ਹੈ ਤੇ ਅਸੀਂ ਉਹਦਾ ਸ਼ੁਕਰਾਨਾ ਕਰਨਾ, ਧੰਨਵਾਦ ਕਰਨਾ ਕਿ ਪਰਮਾਤਮਾ ਬਹੁਤ ਕਿਰਪਾ ਕੀਤੀ ਹੈ, ਤੇਰਾ ਧੰਨਵਾਦ। ਸੋ ਜਿਹੜੀ ਕਹਿਣ ਦਾ ਭਾਵ ਹੋਇਆ ਕਿ ਜਿਹੜੀ ਗੁਰਬਾਣੀ ਹੈ ਪੜ੍ਹੋ ਜ਼ਰੂਰ ਪਰ ਉਹਨੂੰ ਮਨ ਦੇ ਅੰਦਰ ਵਸਾਓ, ਉਹਦਾ ਅਰਥ ਸਮਝੋ, ਤਾਂ ਹੀ ਤੁਹਾਡੇ ਅੰਦਰ ਜਿਹੜਾ ਹੈ ਸੰਤੋਖ ਆ ਸਕਦਾ ਹੈ। ਬਿਲਕੁਲ ਜੀ, ਠੀਕ ਹੈ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਈ ਸਾਹਿਬ ਜੀ ਇੱਥੇ ਆਉਣ ਦਾ, ਅਤੇ ਇਹ ਜਿਹੜੇ ਹੈਗੇ ਸਾਡੇ ਵਿਚਾਰ ਤੁਹਾਡੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਥੇ ਹੀ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ। ਜੇ ਤੁਸੀਂ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਸੁਜੈਸ਼ਨ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੀ ਈਮੇਲ ਦਾ ਪਤਾ ਹੈ letstalkjoytv@gmail.com। ਅਤੇ ਇੱਥੇ ਹੀ ਲੈਂਦੀ ਹਾਂ ਮੈਂ ਸ਼ਿਵਾਨੀ ਸੋਪਤੀ ਤੁਹਾਡੇ ਤੋਂ ਇਜਾਜ਼ਤ। ਸੀ ਯੂ ਨੈਕਸਟ ਟਾਈਮ।